हो जी
तेरे भगत, तेरे भगत सलाहन तुझ जी। पर अनंत अनेक अनंता तेरी अनंत, तेरी अनंत तरे हर पूजा जी। तप जापे जपे बेअंता, तप तापे जपे बेअंता। तेरी अनेक, तेरे अनेक पड़े पो सिमरत सास भले जन नानक जी। जो पावे मेरे हर भगवंता सब
सारी खलकत, सारा संसार, सारी दुनिया ये सच्चे पातशाह सब तेरी है, तेरी ही बनाई हुई है। तू सारियां दी रक्षा कर रहा है, सारियां दियां पालना कर रहा है, सब रोजी दे रहा है, रिज़क दे रहा है। करता करीम सोई, राज़क रहीम होई। धन गुरु गोबिंद सिंह पातशाह। करता करीम सोई, राज़क रहीम होई, दूसरो न भेद कोई, भूल धर्म मन बो कितने मन में भरम न ले लेंगे। तेरे ते उहदे विच कोई भेद रह गया, कोई भेद वाली गल है, कोई भ्रम वाली गल है, ते भुलेखा कट दे मन विच। सब नूं कोई दे रहा है, हर मत अनुसार, हर धर्म अनुसार, हर एक दा उस परिपूर्ण परमात्मा नूं जपण दा एक वखरा मार्ग है। पर इन्नी गल जरूर है, मार्ग जरूर वखरे हन, नाम जरूर वखरे हन, पर वो रास्ता जेड़ा है, वो जेड़ा मार्ग है, वो जांदा इक्को ही थां ते है। बोलो श्री, कोई और वखरे रस्ते नहीं ने, ध्यान देना, रस्ता इक्को ही है। मार्ग जरूर वखरे वखरे हो सकते ने। फर्ज करो एक सिटी तो दूसरे सिटी जाना है, कई रस्ते निकल आते हैं, कई राह निकल आते हैं, कई मार्ग निकल आते हैं। कहने अनुसार या ये कह लो कि हाईवे ते बड़ा रश है, ते ओदा भी रस्ता उन्हें कढ ले कि चल भाई तू हुण सर्विस रोड तो लंघ जा, जे उत्थे भी रश है ते सिटी दे अंदरों लंघ जा, रस्ते बना दिते गए। पर एक ख्याल करियो, वो सारे रस्ते इक्को जगह ही जांदे ने। बोलो श्री, बिल्कुल यही रस्ता, भावे वो अल्लाह दा रस्ता है, भावे वो राम दा रस्ता है, भावे वो हरे हरे दा रस्ता है, भावे सतनाम दा रस्ता है, भावे ईसा मसीह दा रस्ता है, ते भावे मेरे वाहेगुरु दा रस्ता है। जाना ते मेरे गुरु कोली है ना। बोलो श्री, गुर जैसा ना ही खब देव, सारे आखो गुर जैसा ना ही को देव, जिस मस्तक भाग साहब जी दी दर्शनों दीदार जिन्होंने कीते ने, ते जिन्होंने वो बचन सुने ने, उन्होंने जरूर याद होएगा कि दास ने बचन कित्थे छड़े सन, आपां उत्थों हुण आरंभ करन लगे। एक बारी सारे फिर प्यार नाल आखो जी, सतनाम। गल सी दसवंध दी, कई बार
ਸਾਰੀ ਭਾਈ ਸੱਜੇ ਦਾ ਪਰਿਵਾਰ ਭੁੱਖਾ ਰਹਿ ਜਾਂਦਾ ਸੀ। ਪਰ ਬੱਚਿਆਂ ਨੂੰ ਭੁੱਖਿਆ ਰੱਖ ਕੇ ਵੀ ਉਹਦਾ ਪਿਆਰ ਜਿਹੜਾ ਸੀ ਨਾ ਗੁਰੂ ਨਾਲ ਇੰਨਾ ਜ਼ਿਆਦਾ ਸੀ ਕਿ ਸਾਰਾ ਕੁਝ ਰਹਿ ਗਿਆ। ਪਰ ਮੈਂ ਗੁਰੂ ਦਾ ਕਿਤੇ ਦਸਵੰਧ ਨਾ ਭੁੱਲ ਜਾਵਾਂ ਜਿਹੜਾ ਮੈਂ ਗੁਰੂ ਨੂੰ ਦੇਣਾ ਹੈ, ਜਿਹੜਾ ਮੈਂ ਗੁਰੂ ਦੇ ਚਰਨਾਂ 'ਚ ਰੱਖਣਾ ਹੈ। ਆਂਦੇ ਨੇ ਬਹੁਤ ਸਮਾਂ ਬੀਤ ਗਿਆ, ਦਿਨ ਲੰਘ ਗਏ। ਇੱਕ ਦਿਨ ਘਰਵਾਲੀ ਕਹਿਣ ਲੱਗੀ ਸਜਿਆ, ਤੁਸੀਂ ਹਰ ਮਹੀਨੇ ਇੱਕ ਟਕਾ ਜੋੜ ਕੇ ਏਡੀ ਗਰੀਬੀ ਹਾਲਤ ਦੇ ਵਿੱਚ ਜਾ ਕੇ ਕਲਗੀਆਂ ਵਾਲੇ ਦੇ ਚਰਨਾਂ 'ਚ ਰੱਖਦੇ ਹੋ, ਕਦੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੇਰੇ ਬਾਲਾ ਪ੍ਰੀਤਮ ਗੋਬਿੰਦ ਰਾਏ ਨੇ ਤੁਹਾਡੇ ਵੱਲ ਵੇਖਿਆ ਵੀ ਹੈ ਜਾਂ ਨਹੀਂ? ਸਤਿ ਸੰਗਤ ਬੋਲੋ ਸ੍ਰੀ, ਇੱਥੇ ਬਚਨ ਛੱਡੇ ਸੀ ਮੈਂ, ਵੇਖਿਆ ਵੀ ਹੈ ਕਿ ਨਹੀਂ? ਤੇ ਭਾਈ ਸੱਜਾ ਕੀ ਕਹਿੰਦਾ? ਕਰਮਾਂ ਵਾਲੀਏ ਸਿੱਖੀ ਦੀਆਂ ਨੀਹਾਂ ਕਿੱਥੇ ਡੋਲ ਨਾ ਜਾਣ।
ਆਪਣੇ ਸੀਸ ਤੱਕ ਦੀ ਕੁਰਬਾਨੀ ਦੇ ਦਿੱਤੀ। ਬੋਲੋ ਸ੍ਰੀ, ਤੁਸੀਂ ਉਹਦੇ ਪੋਤੇ ਹੋ। ਇੱਕ ਉਹ ਵੀ ਦਾਦੀ ਸੀ, ਸਵਾਰ ਕੇ ਹੱਥੀ ਸਜਾ ਕੇ ਆਂਦੀ ਹੈ, ਜਾਓ ਮੇਰੇ ਬੱਚੇ ਜਾਓ। ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਆਪ ਜੀ ਨੂੰ ਇਸ ਗੱਲ ਦਾ ਪਤਾ ਹੈ ਕਿ ਬਾਬਾ ਸ਼ਬਦ ਕਿਉਂ ਜੋੜਿਆ ਗਿਆ ਨਾਲ? ਅਸੀਂ ਕਿਉਂ ਕਹਿੰਦੇ ਬਾਬਿਆਂ ਦੇ ਵੱਡਿਆਂ ਨੂੰ ਆਖਿਆ ਜਾਂਦਾ ਜਿਹਨਾਂ ਦੀ ਉਮਰ ਕਾਫੀ ਹੋ ਜਾਂਦੀ ਹੈ, ਉਹਨਾਂ ਕਹਿੰਦੇ ਬਾਬਾ ਜੀ। ਵੱਡੀ ਉਮਰਾਂ ਵਾਲੇ ਬਾਬੇ ਹੋ ਕੇ ਵੀ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਸਾਡੀ ਉਮਰ ਇੰਨੀ ਹੋ ਗਈ ਹੈ, ਅਸਾਂ ਕੀ ਕਰਨਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਹ ਛੋਟੇ ਛੋਟੇ ਨਕਤੇ ਜਿਗਰ, ਹਜ਼ੂਰ ਦੇ ਫਰਜ਼ੰਦ, ਹਜ਼ੂਰ ਦੇ ਚਾਰ ਸਾਹਿਬਜ਼ਾਦੇ, ਜਿਨ੍ਹਾਂ ਬੱਚਿਆਂ ਦੀ ਉਮਰ ਹੈ ਖਾਣ ਦੀ ਖੇਡਣ ਦੀ, ਦੁਨੀਆ ਦੇ ਰੰਗ ਵੇਖਣ ਦੀ, ਸੰਸਾਰ ਨੂੰ ਵੇਖਣ ਦੀ, ਉਹਨਾਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੇ ਉਹ ਕਾਰੇ ਕਰ ਵਿਖਾਏ ਜਿਹੜੇ ਵੱਡੇ ਵੱਡੇ ਨਹੀਂ ਕਰ ਸਕੇ। ਸਤ ਸੰਗਤ ਬੋਲੋ ਸ੍ਰੀ। ਇਸ ਕਰਕੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਸਮਾਂ ਹੋ ਗਿਆ। ਕਿਉਂਕਿ ਜਦੋਂ ਬਚਨ ਕਰਦੇ ਹਾਂ ਇਹ ਜਿਹੜਾ ਲਿੰਕ ਹੈ ਪਤਾ ਨਹੀਂ ਕਿਹੜੇ ਪਾਸੇ ਨੂੰ ਤੁਰ ਪੈਣੇ, ਕਿਉਂਕਿ ਬਾਤ ਤੇ ਆਪਾਂ ਅੱਜ ਵੀ ਰਾਤ ਨੂੰ ਵੀ ਕੱਲ ਵੀ ਕਲੀਆਂ ਵਾਲੇ ਦੇ ਹੀ ਕਰਨੀ ਹੈ, ਕਿਉਂਕਿ ਸਤਿਗੁਰ ਦਾ ਅਸੀਂ ਆਗਮਨ ਮਨਾ ਰਹੇ। ਅਸਾਂ ਸਤਿਗੁਰ ਦੇ ਉਸ ਜੀਵਨ ਵਿੱਚੋਂ ਜਿਹੜੀਆਂ ਝਲਕੀਆਂ ਨੇ ਉਹਦੀ ਯਾਦ ਜਿਹੜੀ ਹੈ ਉਹ ਤਾਜ਼ਾ ਕਰ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੰਸਾਰ ਤੇ ਆਏ ਤੇ ਜੇ ਉਸ ਪਾਸੇ ਸੋਚਿਆ ਜਾਏ ਤਾਂ ਸਾਰੀ ਜਿਹੜੀ ਉਮਰ ਆ ਕਿੰਨੀ ਉਮਰ ਸੀ ਮਹਾਰਾਜ ਜੀ ਦੀ, ਕਿ ਐਡੇ ਕਾਰਨਾਮੇ ਸਤਿਗੁਰੂ ਕਰ ਗਏ। ਓਨਲੀ 42 ਈਅਰਸ, ਸਿਰਫ 42 ਸਾਲ ਦੀ ਉਮਰ ਤੇ ਸਾਰੀ ਲਾਈਫ ਦੀਆਂ ਘਟਨਾਵਾਂ ਤੁਸੀਂ ਪੜੋ, ਸੋਚੋ, ਵਿਚਾਰੋ। ਕਿਆ ਕੋਈ ਦੁਨੀਆ ਦਾ ਪੈਗੰਬਰ, ਪੀਰ ਪੈਗੰਬਰ, ਔਲੀਆ ਕੁਝ ਕਰ ਸਕਦਾ? ਸਾਨੂੰ ਸੋਚਣਾ ਪਏਗਾ, ਅਹਿਸਾਸ ਦਿਵਾਉਣਾ ਪਏਗਾ ਆਪਣੇ ਆਪ, ਫਿਰ ਸਾਨੂੰ ਪਤਾ ਲੱਗੇਗਾ ਸਿੱਖੀ ਕੀ ਹੈ, ਕਿਵੇਂ ਲਈ ਜਾਂਦੀ, ਕਿਵੇਂ ਲਈ ਗਈ। ਇਹ ਐਵੇਂ ਨਹੀਂ ਦਸਤਾਰਾਂ ਆ ਗਈਆਂ ਸਾਡੇ ਸਿਰ ਤੇ, ਐਵੇਂ ਨਹੀਂ ਦਾੜੇ ਆ ਗਏ, ਸੁੰਦਰ ਸਰੂਪ ਐਵੇਂ ਨਹੀਂ ਗੁਰੂ ਨੇ ਸਾਨੂੰ ਦੇ ਦਿੱਤਾ। ਇਹ ਬੜਾ ਮਹਿੰਗਾ ਮਿਲਿਆ, ਮੈਂ ਤਾਂ ਮੋਲ ਮਹਿੰਗੀ ਲਈ।